बिस्मिल्लाह रहमान रहीम अस्सलाम वालेकुम। तरीक 14 जनवरी 2024 जिला तहसील गुजरात पिंड साहब लखो दसर गुजर साहब जी वीडियो गुजर साहब ने 7 गावां ते 1 माज लानी है वीडियो ते बाकी गलबात ना जेडी डंगरां दी ओ गुजर साहब को पूछ लेने किनियां विकियां ने ते किनियां दा रेट लाना है बाकी भरावां ने 1 माज ते 1 गां ओ जरा घुट के वेख लेनी है जेड़ियां 7 गावां दूजियां ने ना 6 ओ भी चंगियां पर जेड़ी 1 गां ते 1 माज है ना ओ गुजर ने आज हीर कर रही है बाकी गल बात ने जेड़े गुजर साहब ना कर लेने आओ गुजर साहब अस्सलाम वालेकुम वालेकुम सलाम बिलाल की हाल है ठीक है जी शुक्र अल्लाह का ठीक ठाक तू सुना अल्लाह पाक की बड़ी रहमत है अल्हम्दुलिल्लाह शुक्र है तू सुना इन 8 जनवरी को विकिया भी है या दो विकिया दो गावां विकी हैं पंजां दा रेट लाना फिर गावां दा पंजां गावां दा एक माज एक माज दा करिए शुरू बिस्मिल्लाह करो पिछली वीडियो दा की रिजल्ट आया अल्लाह ने बनाई थी वीडियो सारी अच्छा ठीक बनाई थी वीडियो हां वधिया ए वक्तन वक्तन भरावां नु ਲਿਆਉਂਦਾ ਰਹਾਂ ਦੇ ਅੱਗੇ ਨੂੰ ਕਰਨਾਣਾ ਚੈਨਲ ਤੇ ਠੀਕ ਹੈ ਨਾ ਬਣਾਉਂਦਾ ਰਹੇ ਵੀ ਨਾਲ ਕਿਸੇ ਵਕਤ ਨਹੀਂ ਵੀ ਬੰਦਾ ਆ ਸਕਦਾ ਤੇ ਫਿਰ ਚਲੋ ਮਗਰੂ ਇਹ ਬਣਾ ਤੇ ਲੈਣਾ ਵੀਡੀਓ ਨਾ ਖੁੱਲੀਏ ਬਿਲਕੁਲ ਕਰੀਏ ਸ਼ੁਰੂ ਬਿਸਮਿਲ੍ਲਾ ਕਰੋ ਲਿਆਓ ਜੀ ਗਾਂ ਨੰਬਰ 1 ਵੀ ਗਾਂ ਨੰਬਰ ਆ ਗਈ 1 ਹਾਂ ਜੀ ਗੁਜਰ ਸਾਹਿਬ ਬਿਲਾਲ ਕੱਲ ਦੀ ਵੈੜੀ ਸੋਈ ਹੈ ਕੱਲ ਦੀ ਸੋਈ ਹੈ ਐਸੇ ਟਾਈਮ ਦੀ ਠੀਕ ਹੈ ਵੈੜੀ ਵੇਖ ਲੈਣੀ ਜ਼ਰਾ ਕੀ ਬਾਤ ਹੈ ਗੁਜਰ ਸਾਹਿਬ ਜ਼ਿੰਦਾਬਾਦ ਇੱਕ ਤੋਂ ਸ਼ੁਰੂ ਹੋਣਾ ਹੈ ਤੇ 7 ਤੱਕ ਜਾਣਾ ਹੈ ਜੇ ਸਵਾਦ ਆਇਆ ਨਾ ਜੀ ਤੇ ਫਿਰ ਮਾਸ਼ਾਅੱਲਾ ਦਾ ਕਮੈਂਟਸ ਕਰਨਾ ਜੇ ਅਸੀਂ ਹੱਕਦਾਰ ਹੋਏ ਤੇ ਜੇ ਨਾ ਹੱਕ ਨਾ ਕਰੇ ਮੈਂ ਕਹਿੰਦਾ ਬਿਲਕੁਲ ਆਸਰਨ ਮਜ਼ਾ ਨਹੀਂ ਆਇਆ ਤੇ ਨਹੀਂ ਆਇਆ ਅੱਜ ਠੀਕ ਹੈ ਜੀ ਯਾਰ ਆਦੀਆਂ ਗੁਜਰਾ ਕੀ ਬਾਤ ਹੈ ਕੱਲ ਇਸ ਟਾਈਮ ਦੀ ਵੈੜੀ ਸੋਈ ਆ ਜੀ ਠੀਕ ਹੈ ਮਾਲਕ ਦੱਸਦੇ ਨਹੀਂ ਪਹਿਲਾਂ ਠੀਕ ਹੈ ਲੇਕਿਨ ਅਸੀਂ ਦੱਸਾਂਗੇ ਦੂਜੇ ਨੂੰ ਯਾਰ ਆਦੀਆਂ ਗੁਜਰਾ ਜਿਹੜਾ ਹੋਣਾ ਉਹ ਹੀ ਦੱਸਣਾ ਉਹ ਦੱਸਣਾ ਮਾਲਕ ਸੁਣੀ ਨਾ ਤੇ ਲਈ ਹੈ ਮੈਂ ਆਖਿਆ ਵੀ ਸਾਡੀ ਵੈੜੀ ਪਹਿਲਾਂ ਲੋ ਜੀ ਗੁਜਰ ਸਾਹਿਬ ਤੇ ਕਹਿੰਦੇ ਨੇ ਮਾਲਕਾਂ ਦੇ ਬਕੌਲ ਗਾਂ ਪਹਿਲੇ ਨੇ ਪਰ ਮੈਂ ਭਰਾਵਾਂ ਨੂੰ ਦੂਸਰੇ ਸਵੇ ਗਾਂ ਦੱਸ ਲੇਕਿਨ ਲੱਗਦੀ ਹੁਣ ਪਹਿਲੇ ਨੇ ਇਹ ਲੱਗਦੀ ਠੀਕ ਹੈ ਲੱਗਦੀ ਅੱਛਾ ਐਨਾ ਤੁਹਾਨੂੰ ਵੀ ਪਤਾ 50 ਸਾਲੇ ਜਾਣ ਲੱਗੇ ਲੋ ਵਾਲਾ ਡੰਗਰ ਹੁੰਦਾ ਵੀ ਖਰਾ ਹੈ ਹੁੰਦਾ ਵੀ ਖਰਾ ਤੇ ਫਿਰ ਠੀਕ ਹੈ ਦਬਾ ਸੋਣਾ ਉੰਜੀ ਗਾਂ ਹੈ ਪੂਰੀ ਮੱਛੀ ਜਿਹੜੀ ਮਗਰ ਦਿੱਤੀ ਸੋ ਪਿਓਰ ਫਰੀ ਦੀ ਮਾਸ਼ਾਅੱਲਾ ਜੀ ਮਗਰ ਵੀ ਮੱਛੀ ਮੱਛੀ ਕੀ ਬਾਤ ਹੈ ਗੁਜਰ ਸਾਹਿਬ ਜਰਸੀ ਦੇ ਫਰੀ ਦੀ ਠੀਕ ਹੈ ਇਹ ਦੋ ਹੁਣ ਆਪ ਜਿਹੜੀ ਨਸਲ ਤੋਂ ਜਰਸੀ ਦੇ ਫਰੀ ਦੀ ਡਬਲ ਕਰਾਸ ਡਬਲ ਕਰਾਸ ਤੇ ਮੱਛੀ ਹੈ ਜਿਹੜੀ ਉਹ ਮੱਛੀ ਪਿਓਰ ਫਰੀ ਦੀ ਮੱਛੀ ਪਿਓਰ ਫਰੀ ਦੀ ਕੀ ਬਾਤ ਹੈ ਗੁਜਰ ਸਾਹਿਬ ਕਿੰਨਾ ਕੁ ਬੋੜਾ ਕੱਢਿਆ ਜਿਹੜਾ ਗਾਂ ਕੋਲੇ ਆਹਾਂ ਪਹਿਲਾ ਬੋੜਾ ਬਲਾਲ ਜੇਰ ਮੁਕੰਮਲ ਪੈ ਗਈ ਜੀ ਪਹਿਲੀ ਚੁਆਈ ਹੋਈ ਤਕਰੀਬਨ 10 ਕਿਲੋ ਜੀ ਦੂਜੀ ਚੁਆਈ ਸਵੇਰ ਅਸੀਂ ਕੀਤੀ ਹੈ 8 ਕਿਲੋ ਠੀਕ ਹੈ ਠੀਕ ਹੈ ਪਹਿਲੀ 10 ਕਿਲੋ ਦੂਜੀ 8 ਕਿਲੋ ਦੂਸਰੀ 8 ਕਿਲੋ ਦੋ ਦੱਲਾ ਦਾ ਹੁਕਮ ਆ ਤੇ ਵੈੜੀ 20 ਕਿਲੋ ਚੁਆਏ ਅੰਨਾ ਲੈ ਕੇ ਸਿੱਧੀ ਉਧਰ ਅੱਛਾ 20 ਕਿਲੋ ਚੁਆਏ ਵੀ ਅੱਲਾ ਦਾ ਹੁਕਮ ਹੈ ਕੀ ਬਾਤ ਹੈ ਗੁਜਰ ਸਾਹਿਬ ਜ਼ਿੰਦਾਬਾਦ ਮੱਛੀ ਮਗਰ ਚੰਗੀ ਸੂ ਆਪੂ ਬਹੁਤ ਪਿਆਰੀ ਇਹ ਵੇਖਣ ਦੇ ਦਿਲ ਕਰਦਾ ਆਪ ਗੁਜਰ ਸਾਹਿਬ ਕਿਹੜਾ ਮਾਰੀ ਹੈ ਬਹੁਤ ਚੰਗੀ ਹੈ ਬੱਚੀ ਦੇ ਫਿਰ ਦੇਖ ਦੋ ਕਰਾਸ ਤਗੜਾ ਹੈ ਨਾ ਜਰਤ ਤਗੜਾ ਤਗੜਾ ਸਵਾਦ ਤਗੜਾ ਕੀ ਬੋਲੇ ਗਾ ਨੰਬਰ 1 ਦਾ ਗੁਜਰ ਸਾਹਿਬ ਸੋਣਾ ਜਿਹਾ ਭਰਾਵਾਂ ਨੂੰ ਸੁਣਾਓ ਮੁੱਲ ਅਸੀਂ ਤੈਨੂੰ ਪਤਾ ਕਦੇ ਲੰਮਾ ਜੋੜਾ ਨਹੀਂ ਲਾਇਆ ਤੇ ਤਾਂ ਮਾਲ ਵਿਕਦੇ ਨੇ ਜੀ ਠੀਕ ਹੈ ਠੀਕ ਹੈ ਮੁੱਲ ਜੇ ਲਾਣਾ ਹੋਵੇ ਨਾ ਛੜਾ ਅੱਛਾ ਲਾ ਕੇ ਮੁੱਲ ਤੇ ਬੰਨ ਸੜਨੀ ਹੋਵੇ ਉਹ ਦਾ ਪੂਰੀ ਕਰਦਾ ਜੀ ਫੇਰ ਨਹੀਂ ਹੋਵੇ ਇਹਦਾ ਪਿਛਾ ਜੀ ਆਈ ਗੱਲ ਮੰਡੀਆਂ ਤੇ ਠੀਕ ਹੈ ਤੇ ਫਿਰ ਮੈਂ ਵੀ ਇਹਦਾ ਲਾ ਲੈਣਾ 6-3 ਜੀ ਲੇਕਿਨ ਉਹ ਮੁੱਲ ਨਹੀਂ ਲਾਣਾ ਅੱਛਾ ਜਿਹੜੇ ਭਰਾ ਨੂੰ ਵੈੜੀ ਲੱਗੀ ਚੰਗੀ ਜੀ ਉਹਨੂੰ 4,75,000 ਦੀ ਫਾਈਨਲ ਦੇਣੀ 4,75,000 ਦੀ ਕੀ ਬਾਤ ਹੈ ਗੁਜਰ ਸਾਹਿਬ ਲੇਕਿਨ ਮੁੱਲ ਢੂੰਡਣ ਦੇ ਲੱਭਣ ਨਹੀਂ ਕਿਉਂ ਲਿਆ ਨਹੀਂ ਲੱਭਣ ਲੱਗਾ ਤੇ ਲੇਕਿਨ ਵੈੜੀਆਂ ਵੀ ਮੇਰੀਆਂ ਇਸ ਵੀਡੀਓ ਵਾਲੀਆਂ ਵੇਖਣ ਦੇ ਤੇ ਅਗਲੀ ਵੀਡੀਓ 'ਚ ਕਿਉਂ ਇਹੋ ਜਿਹੀਆਂ ਨਹੀਂ ਲੱਭਣ ਲਈ ਨਹੀਂ ਲੱਭਣ ਉਹਨਾਂ ਨੂੰ ਬਿਸਮਿਲਾ ਕਰਕੇ ਐਂ ਹੀ ਰਹੇ ਕਦੇ ਕਦੇ ਬਾਹਰ ਲੋ ਜੀ ਗਾਂ ਨੰਬਰ ਆ ਗਈ 2 ਵੇਖ ਕੀ ਬਾਤ ਹੈ ਗੁਜਰ ਸਾਹਿਬ ਬਾਤੂਆ ਦਾਵੇ ਦਾ ਮਾਲ ਬਾਤੂਆ ਵੇਖ ਤੂੰ ਕੀ ਸੁਆ ਲਾਣਾ ਤੂੰ ਗੁਜਰ ਸਾਹਿਬ ਸੁਆਂ ਨੂੰ ਛੱਡ ਤੂੰ ਵੈੜੀ ਵੇਖ ਛੱਡ ਅਗਲੀ ਗੱਲ ਕੀ ਬਾਤ ਹੈ ਜੀ ਮਾਸ਼ਾਅੱਲਾ ਵੇਖ ਟੋਰਾ ਵੈੜੀ ਦਾ ਕੀ ਬਾਤ ਹੈ ਜਿੱਕਣ ਮੋਰ ਟੁੱਟਦੇ ਮੋਰ ਹੈ
प्रिंट फिर देखो ना गुजर साहब नस्ल सिर्फ दो रंग अल्लाह पाक दी जिंदगी करे बाकी ते फैसले भरावां दे ने फैसले ने भरावां दा इंशाल्लाह दिल खुश होवे दा असीं उहनां नूं वेख वारी शौक कराने आ जी उहनां दी मेहरबानी जिहड़ी साडी वीडियो वेख के माशाअल्लाह दा कमेंट्स करदे ने इह बहुत शुक्रिया भरावां दा उहनां दे सिर ते वीडियो चलदियां ने उह वेख उहनां दे कुछ चलणियां ने क्या ऐ गल्ल है भैया साहब इहदा इक होर वी गल्ल है ना जी शुक्र उस पाक जात दा चोखा चोखा वेखो जी हफ्ते च दो वीडियो देनिया जी 5 साल हो गए ने अच्छा कोई वीडियो मिस ते नहीं कीती नहीं कीती नहीं कीती अच्छा मजबूरी है माड़ी माड़ी अच्छा लेकिन भरावां ने वेड़ी जिस ते वेखनी है ना जी उहनां दा दिल राजी होया ते उहनां ने फोन करने आ लो जी तोर सर क्या बात है जिंदाबाद जरूरत भाई दसर मनु कर दे वेड़ी साड़ी पहले सूए साइया दा लाण 20 किलो दुध कर दी रही हूं दूजे फाइनल फाइनल दिया ने बिलाल भाई 4,85,000 बड़े अरसे बाद आई गां क्या बात आ गई है जी मिंट साल बाद आई जी बड़े चिर बाद आई है ये आई गल बिलाल भाई बड़ी मतलब लैनी भांगड़े नी बंदे मुकद मैं हर वार एक दूजी तू वध लियानी होंदी उस अल्लाह पाक दी शाना ने जिहड़ा सानू दिंदा अच्छा जर्सी साहीवाल जर्सी ज्यादा साहीवाल घाटी क्या बात अच्छा वेड़ी वेख लेनी चंगी तरह वेख तक के सही तरह वेखनी फिर फैसला करना दूसरा सुहा लाना मुंह दंद ने 6
जिधर जानी है ना अल्लाह दा पाक दा हुक्म होया ते बंदे पुछण दे किथों आई किथों आई चार बारह तेरह किलो टाइम दा दुध कर दी भी पहले हूं दूजा सोया लाना चोलोस्तानी ते जर्सी दा करा सी लो जी दूसरा सोया लाना भी लाना दिहाड़े ले दी छे टू सत जेडी गां दी चोलोस्तानी ते जर्सी गाडी क्या अल्लाह पाक इन्हां दी जिंदगी करे जिस भरा ने लैनी एक लग गावां जिहड़ियां किसे गां ने मेरी ने गर्मी नहीं करनी ए गावां आईयां ने रुखां थलों ते डेरियां तों किसे फार्म दियां नहीं जी तैनू भी पता है जे फार्म दियां लियावीए ते दूजी वारी वीडियो नहीं बनदी जेड़ा भरा लै जांदा इक इक बंदा मेरे को पंजाह गां सौ सौ लै गया जा के उन्हां कोल छब्बी किलो ने पिया चुवाने आराम नाल चुवाना फाइनल फाइनल जी अज दी वीडियो च किसे भरा नूं आ गई ना पसंद ओनू वेड़ी दे सणा ते पंज पिंटा ली क्या बात है गुजर साहब जिंदाबाद माशाल्लाह क्या गल पता नहीं की बलाल साहब रेट नहीं लाया बनाई रेट को नहीं लाया गां सुई आज सुबह तकरीबन 7 बजे ठीक है जी ठीक है पहली गां मेरे को आई है जिस गां ने खलो के जेर सटी ये गां बैं नहीं होंदा या गोडे ढांदी बैं नहीं है क्या बच्चा चार जाके वे बच्चा किस नस्ल दा दित्ता सु चोलो पानी बच्चा जिंदे लगदा जी कर महीने दा ये मेरे ख्याल कुछ भी नहीं 5-6 घंटे क्या बात है बच्चा चोलोस्तानी ते अपनी केड़ी नस्ल दा गुजर साहब अपनी ये चोलोस्तानी ते फ्रीजियन है चोलोस्तानी ते फ्रीजियन दा वैड़ी सुई है सूरी है वैड़ी नु फिर चोया जी
चार घंटे बाकी भाई दसन ने जी गल की अल्लाह पाके जिंदगी करे बस दो गल खान बने ना मैं वेख के फलाने डेरे कलावा अल्लाह पाक नसीब करे कदे याद करे मेनु तोहफा दित्ता गुजर साहब कि गोली कड़ी जेड़ी गोली बिलाल भाई असि झूठ नहीं मारना मन चोरी दस दो किलो गोली कड़ी मैड़ी सोई सोखी चौलस्तानी फायदा गर्मी नहीं करनी नस्ल मछा प्योर चौलस्तानी की मुल है गां नंबर 5 दा मुल है हरी गावां दा ते लगदा पे दुआले 15-15 lakh जी पता ही ठीक है कई बंदे ने ऐसे भी गावां दा मुल आंदा ही नहीं आंदा असि मुल भी है इदा लाणे जी भावा नु पता लगे ना जी गां चंगी आई है गुजर कोले ते ओने मुल भी जैन लाया कहदे ओ मुल दा समाना नु चाट दे क्या बात जेडे भरा ने वेड़ी भैड़ी चंगी लगी ना जी चोखा दिल दा ठंडा होया वेख के अच्छा ता काल करे जे ओनु कोई शक सुभावे ना वे मनु घट वध देण दे फिर ना करे ठीक है 7.5 lakh दी ब्याह दा लेकिन 2000 दी आ जी कोई दे तो मैं नाल है फ्री दे सुना क्या बात है गुजर साहब 7 lakh ते 50,000 दा हुक्म होया ना खैर फरीद वैणी दुध 17-18 kilo एक टाइम दा करे दी क्या बात है नजर भी तनु भी आउंदी है करे दी की करे दी ये ध्यान रखना लो जी 5 गावां दी नियां भरावां वेख लियां अगे माजी नंबर 1 बच्चा फट लो जी माजी नंबर आ गई 1 क्या बात है साहब जिंदाबाद माशाल्लाह बुलाल जी पता ही असी गावां दे कारोबार है साडा जी हैं क्या बात है ठीक है नस्ल का काम माशाल्लाह नस्ल नस्ल अगे टोरो जी जेडिया भरावां को ले ना ਉਹਨਾਂ ਨੇ ਆਖਿਆ ਵੀ ਇਹ ਜਿਹੜਾ ਜ਼ੁਬਾਨੀ ਕਲਾਮੀ ਵਟਵੇ ਤੁਸੀਂ ਆਖਿਓ ਉਹਨਾਂ ਆਖਿਆ ਪਹਿਲਾਂ ਕੱਟੀ ਨੀਲੀ ਤੋਂ ਆਂਦੀ ਠੀਕ ਹੈ ਸੂਆ ਲਾਇਆ ਜੀ ਗੁਜਰ ਸਾਹਿਬ ਤੁਹਾਨੂੰ ਤਾਂ ਦੇਣੇ ਆ ਸਿਰਫ ਤੁਸੀਂ ਵਟਵੇ ਕੋਈ ਵੀਡੀਓ ਚ ਪਾ ਕੇ ਭਰਾਵਾਂ ਨੂੰ ਖਾਓ ਛੋਟੀਆਂ ਇਹੋ ਜਿਹੀਆਂ ਹੁੰਦੀਆਂ ਜੀ ਕੀ ਬਾਤ ਹੈ ਇਹ ਯਾਰ ਮਾਸ਼ਾਅੱਲਾ ਅੱਛਾ ਫਿਰ ਥਣ ਵੇਖ ਕਿੱਥੇ ਕਿੱਥੇ ਲੱਗੇ ਕਿੱਥੇ ਕਿੱਥੇ ਸੋਣਾ ਖਲੋਣ ਦੇ ਇਹ ਬੈਠ ਖਾ ਥਣ ਖਾ ਵਿੱਥਾਂ ਤੇ ਅਗਲੇ ਪਿਛਲੇ
ਮੁੱਲ ਕਿਹੋ ਝੋਟੀਆਂ ਦਾ ਪਿਆ ਲੱਗਦਾ ਵੱਡੀ ਗਾਂ ਜੇ ਤੈਨੂੰ ਜੇ ਸੱਚੀ ਗੱਲ ਪੁੱਛੇ ਤੇ ਤੈਨੂੰ ਪਾਵਣ ਜਾਵਣ ਨਹੀਂ ਮੁੱਕ ਦਿੰਦੀ ਨਹੀਂ ਆਵਣ ਦਿੰਦੀ ਪਹਿਲਣ ਝੋਟੀ 9 ਕਿਲੋ ਦੁੱਧ ਟਾਈਮ ਦਾ ਦਿੰਦੀ ਰਹੀ ਬੱਚੇ ਨੂੰ ਛੱਡ ਕੇ ਕੱਟੀ ਲਿਆ ਭੱਜ ਕੇ ਕੈਮਰਾ ਮਾਰ ਵਜੇ ਉੱਥੇ ਹੀ ਨਹੀਂ ਇੱਥੇ ਆ ਜਾਂਦੀ ਚਲੋ ਜੀ ਇੱਥੇ ਲੈ ਆਓ ਪੂਰੀ ਮਾਸ਼ਾਅੱਲਾ ਸੋਹਣੀ ਨਾੜੂ ਵੀ ਕੱਚਾ ਠੀਕ ਦੋ ਜੀ 6 ਡੰਗਰ ਨੇ ਜਿਨ੍ਹਾਂ ਦੇ ਮੂਲ ਲਾਣੇ ਲਾਗੇ ਬਹੁਤ ਸਾਡੇ ਫੈਨ ਨੇ ਉਹ ਕਹਿੰਦੇ ਨੇ ਮੈਂ ਬਾਹਰ ਰਿਹਾ 5 ਸਾਲ ਪੂਰੇ ਜੋ ਵੀਡੀਓ ਤੁਹਾਡੀ ਸ਼ੁਰੂ ਹੋਈ ਹੈ ਮੈਂ ਉਦੋਂ ਦੀ ਵੀਡੀਓ ਪਿਆ ਵੇਖਣਾ ਮੈਂ ਕਿਹਾ ਜੀ ਗਾਵਾਂ ਲੈਣੀਆਂ ਨੇ ਜਾ ਕੇ ਗੁਜਰ ਸਾਹਿਬ ਨੂੰ ਲੈਣੀਆਂ ਨੇ ਅੱਛਾ ਠੀਕ ਹੈ ਜੀ ਇਹ ਗਾਵਾਂ ਦੋਵੇਂ ਉਹਨਾਂ ਲਈਆਂ ਜੀ ਜੀ ਕਿੰਨੇ ਦਾ ਲਿਆ ਨੇ ਜੋੜਾ ਵੇਖੋ ਜੀ ਗਲਤ ਬਿਆਨੀ ਨਹੀਂ ਕਰੀਏ ਤਾਂ ਉਹਦਾ ਫਾਇਦਾ ਕੋਈ ਨਹੀਂ ਅੱਛਾ ਇਹ ਉਹਨਾਂ ਜੋੜਾ ਲਿਆ ਜੇ 8,70,000 ਦਾ 8,70,000 ਦਾ ਜੋੜਾ ਗਾਵਾਂ ਉਹਨਾਂ ਲਿਆ ਕੀ ਨਾਂ ਹੈ ਭਾਈ ਦਾ ਭਾਈ ਦਾ ਨਾਂ ਨਹੀਂ ਮੈਨੂੰ ਹੁਣ ਯਾਦ ਜੀ ਪਿੰਡ ਦੇ ਉਹਨਾਂ ਦਾ ਪੋੜਾ ਐਥਮ ਜੋੜੀਆਂ ਕੋਲ ਠੀਕ ਹੈ ਜੀ ਪੋੜ ਵਾਲਾ ਠੀਕ ਹੈ ਪਾਕਿਸਤਾਨ ਔਰ ਪਾਕ ਆਰਮੀ ਨੂੰ ਆਪਣੇ ਠੀਕ ਠਾਕ ਸ਼ੁਕਰ ਅੱਲਾ ਤੁਸੀਂ ਸੁਣਾਓ ਉਹ ਭਰਾ ਵੀ ਸਮਝ ਜਾਣ ਦੇ ਬਾਅਦ ਚੱਕ ਕੇ ਰੋਹ ਰਾਮੇ ਨੇ ਵੀ ਇੱਕ ਲੈ ਕੇ ਜਾਂਦੇ ਪਿਆਰ ਹੈ ਨਾ ਗੁਜਰ ਸਾਹਿਬ ਨਾਲ ਤੁਹਾਡਾ ਜੀ ਅੱਲਾ ਪਾਕ ਮੁਲ ਕੇ ਪਾਕਿਸਤਾਨ ਔਰ ਪਾਕ ਆਰਮੀ ਆਪਣੇ ਗਰੀ ਮਾਨ ਜੀ ਰੱਖੇ ਰਹਿੰਦੀ ਦੁਨੀਆ ਤੱਕ ਇਨਸ਼ਾਅੱਲਾ ਅਗਲੀ ਵੀਡੀਓ ਨਾਲ ਫੇਰ ਮਿਲਾਂਗੇ ਇਸੇ ਵੀਡੀਓ ਨਾਲ ਦਿਓ ਜਾ ਰੱਬ ਰਾ ਖਾਲਸਾ ਸੁਣਦੇ ਵਾਲੇ ਨਾਰੇ ਨਿਵਾਜ਼ ਆਵੇ ਕਾਇਦਾ ਹੈ ਆਪਣੀ ਨਬੂਤ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ।